ਵਕਫੇ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਔਰ ਉਹਦੇ ਭਵਿੱਖ ਨੂੰ ਲੈ ਕੇ ਔਰ ਦੋ ਜਿਹੜੇ ਵਿਧਾਇਕ ਨੇ ਉਹਨਾਂ ਦੇ ਉਹਨਾਂ ਨੂੰ ਕੈਨੇਡਾ ਏਅਰਪੋਰਟ ਤੋਂ ਵਾਪਸ ਭਾਰਤ ਭੇਜਿਆ ਗਿਆ। ਉਸ ਤੋਂ ਬਾਅਦ ਪੰਜਾਬ ਮੀਡੀਆ ਦੇ ਵਿੱਚ ਇਹ ਖਬਰ ਜਿਹੜੀ ਹੈ ਸੁਰਖੀਆਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਹੈ ਔਰ ਹੁਣ ਇਸ ਇਹ ਮੰਨਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਆਪ ਦਾ ਯਾਨੀ ਕਿ ਆਮ ਆਦਮੀ ਪਾਰਟੀ ਦਾ ਕੀ ਭਵਿੱਖ ਹੈ ਜਾਂ ਫਿਰ ਕੀ ਚੱਲ ਰਿਹਾ ਉਹਨਾਂ ਦੇ ਨਾਲ, ਕਿਉਂ ਕੰਟਰੋਵਰਸੀ ਦੇ ਵਿੱਚ ਦਿਨ ਬਰ ਦਿਨ ਆਮ ਆਦਮੀ ਪਾਰਟੀ ਨੂੰ ਵੇਖਿਆ ਜਾਂਦਾ। ਮੇਰੇ ਨਾਲ ਕਾਲਰਸ ਵੀ ਜੁੜੇ ਹੋਏ ਨੇ, ਮਿਸਟਰ ਸ਼ਰਮਾ ਵੀ ਜੁੜੇ ਹੋਏ ਨੇ, ਪਰ ਮੈਂ ਸਭ ਤੋਂ ਪਹਿਲਾਂ ਆਪਣੇ ਕਾਲਰਸ ਦੀ ਕਾਲਸ ਲੈਣਾ ਚਾਹੁੰਦਾ, ਉਹ ਇਸ ਮੁਤਲਕ ਕੀ ਕੁਝ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਕੇਜਰੀਵਾਲ ਜਿਹੜਾ ਨਾ ਇਹ ਤਾਂ ਬੜਾ ਗੱਦਾਰ ਬੰਦਾ ਹੈਗਾ, ਇਹ ਤਾਂ ਅੰਨਾ ਹਜ਼ਾਰੇ ਦੇ ਨਾਲ ਲੱਗ ਕੇ ਤੇ ਇਹ ਆਪਣੀ ਗੱਦੀ ਬਣਾ ਕੇ ਬਹਿ ਗਿਆ। ਜੀ ਜੀ, ਇਹਦੇ ਯਾਰ ਬੇਲੀ ਵੀ ਸਾਰੇ ਇੱਦਾਂ ਦੇ ਆ, ਤੁਸੀਂ ਦੇ ਦਿਓ। ਖੈਰ ਤਾਂ ਕਾਂਗਰਸ ਦੇ ਵਿੱਚੋਂ ਆਇਆ ਹੋਇਆ ਜੀ, ਉਹ ਤਾਂ ਸੁੱਚਾ ਸਿੰਘ ਸੀਗਾ ਛੋਟੇ ਪੋਲ, ਉਹਦੇ ਨਾਲ ਚੱਲ ਗਿਆ, ਧਰਮਵੀਰ ਗਾਂਧੀ ਨਾਲ ਚੱਲ ਗਿਆ। ਜੀ ਜੀ ਜੀ, ਪੰਜਾਬ ਦੇ ਵਿੱਚ ਇਹਨੇ ਰਾਜ ਕਰਨਾ ਸੀਗਾ, ਇਹ ਸੋਚਦਾ ਸੀ ਮੈਂ ਦਿੱਲੀ ਛੱਡ ਕੇ ਤੇ ਪੰਜਾਬ ਦਾ ਚੀਫ ਮਿਨਿਸਟਰ ਬਣੂੰਗਾ ਜੀ, ਉੱਥੋਂ ਇੰਨਾ ਮਾਲ ਬਣਾਊਂਗਾ ਵੀ ਜਿਹੜਾ ਮੁੜ ਕੇ ਜ਼ਿੰਦਗੀ ਚ ਕੰਮ ਹੀ ਨਾ ਕਰਨਾ ਪਵੇ ਕਿਤੇ। ਜੀ 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 ਜੀ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਆਪਾਂ ਨਿੱਜੀ ਅਟੈਕ ਨਾ ਕਰੀਏ ਕਿਸੇ ਦੇ ਉੱਤੇ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਜੀ ਜੀ, ਆਪਾਂ ਗੱਲ ਕਰਦੇ ਹਾਂ ਜੀ ਕਿ ਤੁਸੀਂ ਕਹਿੰਦੇ ਨਾ ਬਾਕੀ ਕਾਫੀ ਹੋ ਚੁੱਕੀਆਂ, ਚਲੋ ਆਪਾਂ ਅਲਾਇੰਸ ਤੇ ਗੱਲ ਕਰਦੇ ਹਾਂ ਜੀ ਜੀ, ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਅਗਰ ਇਕੱਠੇ ਹੋ ਗਏ ਇਲੈਕਸ਼ਨ ਲੜਨਗੇ ਤਾਂ, ਹਾਂਜੀ ਜੀ ਜੀ, ਮੇਰੇ ਖਿਆਲ ਚ ਇਹ ਦੋਨਾਂ ਵਾਸਤੇ ਮਾੜੀ ਗੱਲ ਹੀ ਆ ਜੀ, ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਆ ਨਾ ਉਹ ਨਿਕਲੀ ਆ ਇਸ ਚੀਜ਼ ਚੋਂ ਕਿ ਅਸੀਂ ਕਾਂਗਰਸ ਤੇ ਬੀਜੇਪੀ ਚੋਂ ਬਦਲ ਦੇਣਾ। ਕਰੈਕਟ, ਆਪਾਂ ਛੁਟਕਾਰਾ ਚਾਹੁੰਦੇ ਆ ਇਸ ਮੁਲਕ ਦੇ ਵਿੱਚ ਇਹਨਾਂ ਦੋਵਾਂ ਪਾਰਟੀਆਂ ਤੋਂ, ਬਿਲਕੁਲ ਸਹੀ ਗੱਲ ਆ ਜੀ, ਇਹਨਾਂ ਚੋਂ ਬਦਲ। ਹਾਂਜੀ, ਇਹਦੇ ਵਿੱਚ ਤਾਂ ਪੈਦਾ ਹੋਈ ਆ, ਜਦੋਂ ਕਾਂਗਰਸ ਦੇ ਵਿੱਚ ਜਾਬੜੇ ਫਿਰ ਉਹ ਖਤਮ ਹੀ, ਉਹ ਤਾਂ ਹੈਗੀ ਆ ਕਾਂਗਰਸ ਆਪਣੇ ਕੋਲ। ਜੀ ਜੀ ਜੀ, ਮੈਨੂੰ ਯਾਦ ਆਉਂਦਾ ਕੇਜਰੀਵਾਲ ਦਾ ਉਹ ਬਿਆਨ ਕਿ ਮੈਂ ਭ੍ਰਿਸ਼ਟਾਚਾਰ ਔਰ ਕਾਂਗਰਸ ਦੇ ਖਿਲਾਫ ਇਸ ਪਾਰਟੀ ਨੂੰ ਖੜਾ ਕਰ ਰਹੇ ਹਾਂ। ਹਾਂਜੀ ਜੀ, ਹਾਂ, ਜਦੋਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਾਂ, ਅਗਰ ਤੁਸੀਂ ਹਿਸਟਰੀ ਦੇਖੋ ਆਪਣੀ 70 ਸਾਲਾਂ ਦੀ, ਉਹਦੇ ਵਿੱਚ ਬਹੁਤਾ ਰਾਜ ਤਾਂ ਕਾਂਗਰਸ ਦਾ ਰਿਹਾ, ਜੋ ਵਿੱਚੇ ਰਲ ਗਏ ਉਹ ਤਾਂ ਇਕੱਠੇ ਹੋ ਗਏ। ਹਾਂਜੀ, ਦੂਸਰੀ ਗੱਲ ਜਿਹੜੀ ਪੰਜਾਬ ਦੀ ਗੱਲ ਹੈ ਨਾ, ਪੰਜਾਬ ਵਿੱਚ ਕਾਂਗਰਸ ਨਾਲ ਰਲਣਾ, ਉਹ ਮੇਰਾ ਖਿਆਲ ਉਹਨਾਂ ਨੂੰ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਣਾ ਉਹਦੇ ਕਰਕੇ, ਕਿਉਂਕਿ ਜੇਕਰ ਤੁਸੀਂ ਪਿਛਲੀਆਂ ਦੋ ਚੋਣਾਂ ਦੇਖੋ ਜੀ, ਉਹ ਦੋਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਜਮਾਨਤ ਜ਼ਬਤ ਹੋ ਗਈਆਂ ਜੀ ਜੀ ਜੀ, ਤੇ ਆ ਜਿਹੜੀ ਸ਼ਾਹਕੋਟ ਦੀ ਸੀਗੀ ਹੁਣੀ ਹੋ ਕੇ ਹਟੀ ਆ, ਉਹਦੇ ਵਿੱਚ 1900 ਵੋਟ ਸੀ ਸਿਰਫ, ਕਰੈਕਟ, ਇਹਦੇ ਕੋਲ 1900 ਵੋਟ ਵਾਸਤੇ ਉਹਨਾਂ ਨੂੰ ਕੀ ਲੋੜ ਆ? ਬਿਲਕੁਲ, ਪੰਚਾਇਤੀ ਚੋਣਾਂ ਵੀ ਹੋਣੀਆਂ ਹੁਣ, ਉਹਦੇ 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 ਵਿੱਚ ਆਪਣੇ ਆਪ ਨੂੰ ਸਟਰੋਂਗ ਕਰਨ ਜੇਕਰ ਵਾਕਈ ਪੰਜਾਬ ਦੇ ਲਈ ਫਿਕਰਮੰਦ ਹਨ ਆਮ ਆਦਮੀ ਪਾਰਟੀ ਜੀ। ਹਾਂਜੀ, ਉਹ ਸਿਰਫ 1900 ਵੋਟ ਨਾਲ ਕਾਂਗਰਸ ਨੂੰ ਕੀ ਫਾਇਦਾ ਹੋਣ ਵਾਲਾ? ਹਾਂਜੀ, ਇਸ ਕਰਕੇ ਅਲਾਇੰਸ ਕੋਈ ਖਾਸ ਚੰਗਾ ਨਹੀਂ, ਤੇ ਮੇਰਾ ਖਿਆਲ ਸਿਆਸੀ ਤੌਰ ਤੇ ਆਦਰਸ਼ ਤੌਰ ਤੇ ਹੋਣਾ ਵੀ ਨਹੀਂ ਚਾਹੀਦਾ, ਕਿਉਂਕਿ ਜੇਕਰ ਤੁਸੀਂ ਲੋਕਾਂ ਨਾਲ ਵਾਅਦੇ ਕੁਛ ਕਰਦੇ ਆਪੇ ਅੜੇ ਹੋ, ਦੇਖੀ ਜਾਓ ਚੱਲੀ ਚਲੋ। ਹਾਂਜੀ, ਦੋ ਚਾਰ ਸੀਟਾਂ ਜਿੱਤਣ ਵਾਸਤੇ ਆਪਣੇ ਸਾਰੇ ਸਾਰਾ ਕੁਛ ਛੱਡ ਦਿਓ ਜੀ ਜੀ ਜੀ, ਤੇ ਚਲੋ ਬਾਕੀ ਦੇਖਦੇ ਹਾਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜਿਹੜੀ ਕਾਂਗਰਸ ਤਾਂ ਆਮ ਆਦਮੀ ਪਾਰਟੀ ਰਲ ਕੇ ਲੋਕ ਸਭਾ ਦੇ ਇਲੈਕਸ਼ਨ ਕਰਾ ਰਹੀ ਹੈ ਪੰਜਾਬ ਵਿੱਚ, ਤਾਂ ਫਿਰ ਵਿਧਾਨ ਸਭਾ ਵਿੱਚ ਵੀ ਉਹ ਕੀ ਉਹ ਆਪੋਜ਼ਿਸ਼ਨ ਪਾਰਟੀ ਰਹਿ ਜਾਏਗੀ? ਜੀ 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 ਜੀ, ਹਾਂਜੀ, ਇਹ ਮੈਂ ਸਵਾਲ ਪੁੱਛਦਾ ਸਾਰਿਆਂ ਨੂੰ, ਤੁਹਾਨੂੰ ਵੀ, ਸਾਰਿਆਂ ਸੁਣਨ ਵਾਲਿਆਂ ਨੂੰ, ਵੀ ਇੱਕ ਪਾਸੇ ਤੁਸੀਂ ਆਪੋਜ਼ਿਸ਼ਨ ਕਰ ਰਹੇ ਹੋ ਵਿਧਾਨ ਸਭਾ 'ਚ, ਦੂਜੇ ਪਾਸੇ ਲੋਕ ਸਭਾ ਦੇ ਇਲੈਕਸ਼ਨ ਆ ਪੰਜਾਬ 'ਚ ਰਲ ਕੇ ਕਰਾ ਰਹੇ, ਸਾਂਝੀ ਭਾਈਵਾਲੀ ਕਰਕੇ ਬਣਾ ਰਹੇ, ਇਹ ਕਿਸ ਤਰ੍ਹਾਂ ਹੋ ਸਕਦਾ? ਜੀ 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 ਜੀ, ਆਈ ਥਿੰਕ ਵੈਲਿਡ ਕੁਐਸਚਨ। ਜੀ 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 ਜੀ, ਹਾਂਜੀ, ਬਸ ਮੇਰਾ, ਮੈਂ ਬਹੁਤ ਸ਼ੋਰਟ ਹੀ ਇਹੀ ਮੈਂ ਕੁਐਸਚਨ ਕਰਨਾ ਸੀ ਸਾਰੇ ਸੁਣਨ ਵਾਲਿਆਂ ਨੂੰ, ਬਸ ਮੈਂ ਟਾਈਮ ਨਹੀਂ ਵੇਸਟ ਕਰਨਾ। ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਤੇ ਕਈ ਕਾਲਰਸ ਦੀਆਂ ਵੱਖ ਵੱਖ ਪ੍ਰਤੀਕਿਰਿਆ ਆਉਣ ਦੀ ਕੋਸ਼ਿਸ਼ ਸਾਨੂੰ ਸੀਗੀ ਕਿ ਜ਼ਰੂਰ ਆਉਣਗੀਆਂ ਔਰ ਆਈਆਂ ਵੀ, ਅਤੇ ਮਿਸਟਰ ਸ਼ਰਮਾ ਨੂੰ ਵਾਪਸ ਜੋੜਨਾ। ਮਿਸਟਰ ਸ਼ਰਮਾ, ਵੈਲਕਮ ਬੈਕ। ਸਵਾਲ ਇੱਥੇ ਇਹ ਹੁਣ ਬਣਦਾ ਕਿ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਦਾ ਸਵਾਲ ਬਣ ਰਹੇ ਨੇ ਕਿ ਕੀ ਆਮ ਆਦਮੀ ਪਾਰਟੀ ਜਦ ਹੁਣ ਰਲ ਕੇ ਲੋਕ ਸਭਾ ਚੋਣਾਂ ਲੜਨਗੀਆਂ, ਯਾਨੀ ਕਿ ਜੇ ਉਹ ਲੜਦੀ ਵੀ ਹੈ, ਜੇ ਉਹ ਤਸਵੀਰ ਹੈ ਸਾਫ਼ ਹੋ ਜਾਂਦੀ ਹੈ, ਹਜੇ ਤਾਂ ਧੁੰਦਲੀ ਤਸਵੀਰ ਹੈ, ਲੇਕਿਨ ਕਿਤੇ ਨਾ ਕਿਤੇ ਰਾਜਨੀਤਿਕ ਦੀਆਂ ਤਸਵੀਰਾਂ ਹਮੇਸ਼ਾ ਹੀ ਧੁੰਦਲੀਆਂ ਹੁੰਦੀਆਂ, ਉਹ ਬਾਅਦ 'ਚ ਜਦ ਮੌਕਾ ਆਉਂਦਾ ਤਾਂ ਸਾਫ਼ ਹੁੰਦੀਆਂ, ਜਦ ਸਾਫ਼ ਹੋਏਗੀ ਤਾਂ ਤੁਹਾਨੂੰ ਲੱਗਦਾ ਕਿ ਫਿਰ ਪਾਰਟੀ ਓਪੋਜੀਸ਼ਨ ਵੀ ਰਹਿ ਜਾਏਗੀ ਵਿਧਾਨ ਸਭਾ ਦੇ ਵਿੱਚ?
ਦੋਸਤੀ ਪੱਕੀ ਹੁੰਦੀ ਹੈ ਤੇ ਨਾ ਦੁਸ਼ਮਣੀ। ਜਿਹੜੇ ਮੌਕਾ ਪ੍ਰਸਤੀ ਹੁੰਦੀ ਹੈ ਉਹਨੂੰ ਦੇਖ ਕੇ ਦੁਸ਼ਮਣੀ ਹੋ ਜਾਂਦੀ ਹੈ, ਜੋ ਮੌਕਾ ਆਉਂਦਾ ਤੇ ਫਿਰ ਉਹ ਦੋਸਤੀ ਵੀ ਕਰ ਲੈਂਦੇ ਆ। ਹੁਣ ਅੱਜ ਜਿਵੇਂ ਸ਼ਿਵ ਸੈਨਾ ਦਾ ਬੀਜੇਪੀ ਦਾ ਝਗੜਾ ਪਿਆ ਹੋਇਆ ਸੈਂਟਰਲ ਲੈਵਲ ਤੇ, ਜੰਮੂ ਕਸ਼ਮੀਰ ਵਿੱਚ ਦੇਖੋ ਮਹਿਬੂਬਾ ਮੁਫਤੀ ਨਾਲ ਮਿਲ ਕੇ ਬੀਜੇਪੀ ਨੇ ਸਰਕਾਰ ਬਣਾਈ, ਅਚਾਨਕ ਸਾਥ ਛੱਡ ਦਿੱਤਾ। ਹੁਣ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਨੇ ਮਿਲ ਕੇ ਥੋੜੇ ਦਿਨ ਵਾਸਤੇ ਦਿੱਲੀ 'ਚ ਸਰਕਾਰ ਬਣਾਈ, ਪਰ ਜਦੋਂ ਵਿਧਾਨ ਸਭਾ ਦੀ ਚੋਣਾਂ ਆਈਆਂ ਪੰਜਾਬ ਦੇ ਵਿੱਚ ਤਾਂ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਇੱਕ ਦੂਜੇ ਦੇ ਖਿਲਾਫ ਮੁੱਦੇ ਚੁੱਕ ਕੇ ਤੇ ਇਹਨਾਂ ਦੋਨਾਂ ਨੇ ਚੋਣ ਪ੍ਰਚਾਰ ਕੀਤਾ, ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਜਿਹੋ ਜਿਹੀ ਰਹੀ, ਕਾਂਗਰਸ ਦੀ ਸਰਕਾਰ ਬਣੀ। ਹੁਣ ਅਗਰ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਇਹ ਪੋਲ ਕੁਐਸਚਨ ਬਣਦਾ ਹੈ ਤਾਂ ਐਜ਼ ਆਈ ਸੈਡ ਇਟ ਵਿਲ ਬੀ ਵੈਰੀ ਇੰਟਰਸਟਿੰਗ ਟੂ ਵਾਚ, ਬਟ ਹਾਲੇ ਐਵੇਂ ਕਿ ਇਹ ਡਿਬੇਟ ਚੱਲਣੀ ਸ਼ੁਰੂ ਹੋ ਗਈ ਹੈ, ਗੱਲਾਂ ਬਾਤਾਂ ਸ਼ੁਰੂ ਹੋ ਗਈਆਂ, ਪਰ ਇਟ ਇਜ਼ ਸਟਿਲ ਐਟ ਅ ਵੈਰੀ ਇਨੀਸ਼ੀਅਲ ਸਟੇਜ ਐਂਡ ਬੋਥ ਦ ਲੀਡਰਸ ਬੋਥ ਦ ਪਾਰਟੀਜ਼ ਹੈਵ ਨਾਟ ਡਿਨਾਈਡ ਬਟ ਸਮਥਿੰਗ ਇਜ਼ ਕੁਕਿੰਗ ਅਪ। ਮਿਸਟਰ ਆਈ ਵੁੱਡ ਲਾਈਕ ਟੂ ਹੈਵ ਯੂਰ ਕਲੋਜ਼ਿੰਗ ਕਮੈਂਟਸ ਔਨ ਪੰਜਾਬ ਆਪ ਫਿਊਚਰ ਐਂਡ ਔਨ ਦਿਸ ਕੰਟਰੋਵਰਸੀ। ਦੇਖੋ ਮੈਂ ਤੁਹਾਨੂੰ ਦੱਸਾਂ, ਪੰਜਾਬ ਆਮ ਆਦਮੀ ਪਾਰਟੀ, ਮੈਂ ਜਿੱਦਾਂ ਸ਼ੁਰੂ 'ਚ ਕਿਹਾ ਸੀ ਕਿ ਬਹੁਤ ਵੱਡੇ ਵੱਡੇ ਸੁਪਨੇ ਲੈ ਕੇ ਔਰ ਲੋਕਾਂ ਨੂੰ ਸੁਪਨੇ ਵਿਖਾ ਕੇ ਇਹ ਪੰਜਾਬੀ ਪੰਜਾਬ ਦੇ ਵਿੱਚ ਪਾਰਟੀ ਹੋਂਦ 'ਚ ਆਈ, ਪੰਜਾਬ ਦੀ ਯੂਨਿਟ ਨੂੰ ਖੜਾ ਕੀਤਾ ਗਿਆ, ਇਲੈਕਸ਼ਨਾਂ 'ਚ ਉਤਾਰਿਆ ਗਿਆ ਔਰ ਡਰੱਗਸ ਦੇ ਖਿਲਾਫ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ, ਵੱਡੀਆਂ ਵੱਡੀਆਂ ਚੀਜ਼ਾਂ ਕੀਤੀਆਂ ਗਈਆਂ। ਬਟ ਵਟ ਆਈ ਫਾਊਂਡ, ਆਮ ਆਦਮੀ ਪਾਰਟੀ ਦੇ ਗਰਾਊਂਡ ਵਰਕ, ਇਹਨਾਂ ਦੀ ਜਿਹੜੀ ਟੋਟਲ ਇਸਟੈਬਲਿਸ਼ਮੈਂਟ ਸੀ, ਇਹਨਾਂ ਦਾ ਜਿਹੜਾ ਕੋਆਰਡੀਨੇਸ਼ਨ ਸੀ, ਇਹਨਾਂ ਦਾ ਜਿਹੜਾ ਕਾਡਰ ਲੈਵਲ ਸੀ, ਇਹਨਾਂ ਦੇ ਜਿਹੜੇ ਵਰਕਰ ਸੀਗੇ, ਉਹ ਇੱਕ ਤੋਂ ਬਾਅਦ ਕਮਜ਼ੋਰੀਆਂ ਰਹੀਆਂ ਔਰ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਲੀਡਰਸ ਆਏ ਦੂਜੀਆਂ ਪੋਲੀਟੀਕਲ ਪਾਰਟੀਆਂ 'ਚ ਤੋੜ ਤੋੜ ਕੇ ਆਏ, ਕਾਂਗਰਸ ਤੋਂ ਸੁਖਪਾਲ ਸਿੰਘ ਖਹਿਰਾ ਔਰ ਹੋਰ ਦੂਜੀਆਂ ਪਾਰਟੀਆਂ ਦੇ ਲੋਕ ਆਏ, ਇਹਨਾਂ ਦੇ ਵਿੱਚ ਸਾਰਿਆਂ ਦੇ ਈਗੋ ਟਸਲਸ ਨੇ ਜਿਹੜੀਆਂ ਉਹਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਬਹੁਤ ਹੀ ਪਹਿਲੇ ਆਪਣੇ ਆਪ ਨੂੰ ਯੂਨਾਈਟ ਕਰਨਾ ਪਏਗਾ, ਉਸ ਤੋਂ ਬਾਅਦ ਜਿਹੜਾ ਭਵਿੱਖ ਸੋਹਣਾ ਹੋ ਸਕਦਾ। ਬਹੁਤ ਬਹੁਤ ਧੰਨਵਾਦ ਮਿਸਟਰ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ, ਮੇਰੇ ਕੋਲ ਸਮਾਂ ਬਹੁਤਾ ਨਹੀਂ ਹੈਗਾ, ਲੇਕਿਨ ਥੈਂਕ ਯੂ ਵੈਰੀ ਮਚ ਫੋਰ ਕਮਿੰਗ ਔਨ ਅੱਜ ਦਾ ਮੁੱਦਾ। ਮਾਈ ਪਲੇਜ਼ਰ। ਓਕੇ ਜੀ, ਅਤੇ ਕਹਿਣ ਦਾ ਭਾਵ ਇਹੀ ਹੈਗਾ ਕਿ ਹੁਣ ਜਿਹੜਾ ਫਿਊਚਰ ਆਮ ਆਦਮੀ ਪਾਰਟੀ ਦਾ ਉਹ ਤਾਂ ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਬਣੇਗਾ, ਲੇਕਿਨ ਹਾਲ ਫਿਲਹਾਲ ਦੇ ਵਿੱਚ ਹੁਣ ਜਿਹੜੀਆਂ ਸੁਰਖੀਆਂ ਬਟੋਰ ਰਹੀ ਆ ਆਮ ਆਦਮੀ ਪਾਰਟੀ, ਉਹ ਵਾਕਈ ਹੀ ਕਿਤੇ ਨਾ ਕਿਤੇ ਠੇਸ ਪਹੁੰਚਾਉਂਦੀ ਹੈ ਪੰਜਾਬੀ ਭਾਈਚਾਰੇ ਨੂੰ, ਜਿਨ੍ਹਾਂ ਨੇ ਇਹਨਾਂ ਦੇ ਉੱਤੇ ਭਰੋਸਾ ਜਤਾਇਆ ਸੀਗਾ। ਜੇਕਰ ਤੁਹਾਨੂੰ ਅੱਜ ਦਾ ਮੁੱਦਾ ਵਧੀਆ ਲੱਗਿਆ, ਜੇਕਰ ਤੁਸੀਂ ਕੋਈ ਫੀਡਬੈਕ ਵੀ ਦੇਣਾ ਚਾਹੁੰਦੇ ਹੋ ਤਾਂ harkirat@justbroadcasting.com info@justbroadcasting.com ਦੇ ਉੱਤੇ ਦੇ ਸਕਦੇ ਹੋ, ਔਰ ਤੁਸੀਂ ਆਪਣੇ ਵਿਚਾਰ ਇਸ ਮੇਲ ਦੇ ਉੱਤੇ ਵੀ ਸਾਂਝੇ ਕਰ ਸਕਦੇ ਹੋ। ਫਿਲਹਾਲ ਮੇਰੇ ਕੋਲ ਸਮਾਂ ਨਹੀਂ ਹੈ, ਨਹੀਂ ਤਾਂ ਮੈਂ ਹੋਰ ਵੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੀਗਾ, ਔਰ ਉਹਨਾਂ ਕਾਲਰਸ ਨੂੰ ਮੈਂ ਅਪੋਲੋਜਾਈਜ਼ ਕਰਨਾ ਚਾਹੁੰਦਾ ਜਿਨ੍ਹਾਂ ਨੇ ਕਾਲ ਕੀਤੀ, ਜਿਨ੍ਹਾਂ ਦੀ ਕਾਲ ਅਸੀਂ ਨਹੀਂ ਚੱਕ ਪਾਏ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਰੱਬ ਰੱਖਾ।